ਵੈਕਸੀਨ ਜਿਹੜਾ ਸਾਰਾ ਓਪਰੇਸ਼ਨ ਹੈ ਇਹ ਗਵਰਨਮੈਂਟ ਆਫ ਇੰਡੀਆ ਕਰ ਰਹੀ ਹੈ, ਐਨ ਐਸ ਜੀ ਲੱਗੀ ਹੈ, ਆਰਮੀ ਦੀਆਂ ਆਰਮੀ ਲੱਗੀ ਹੈ ਅਤੇ ਹੋਰ ਸਾਰੇ ਫੋਰਸਿਸ ਲੱਗੀਆਂ, ਉਹ ਕਰ ਰਹੇ ਨੇ ਸਾਰਾ ਓਪਰੇਸ਼ਨ। ਅਤੇ ਦੂਸਰੀ ਗੱਲ ਜਿਹੜੀ ਦੇਖੋ ਆਏ ਨੇ ਉਹ ਤਾਂ ਜਿਹੜੀ ਐਸ ਪੀ ਨੇ ਜੋ ਕਿਹਾ ਜਾਂ ਐਸ ਪੀ ਦੀ ਤਾਂ ਉਹ 'ਤੇ ਤਾਂ ਸਾਰੀ ਇਨਕੁਆਇਰੀ ਚੱਲ ਹੀ ਰਹੀ ਹੈ, ਉਹ ਤੋਂ ਸਾਹਮਣੇ ਆਊਗਾ। ਬਾਕੀ ਜਿਹੜੀ ਫੋਰਨ ਇੰਟੈਲੀਜੈਂਸ ਹੈ ਉਹ ਕੁਛ ਨਾ ਕੁਛ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ, ਉਹ 'ਤੇ ਦੇਖੋ ਮੈਂ ਹਜੇ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਜਦ ਤੱਕ ਸਾਰੇ ਤੱਥ ਸਾਹਮਣੇ ਨਹੀਂ ਆਉਂਦੇ। ਹਜੇ ਤਾਂ ਪ੍ਰੈਸ ਦੀਆਂ ਵੀ ਜਿਹੜੀਆਂ ਰਿਪੋਰਟਸ ਨੇ ਉਹ 100% ਦੀ ਤੱਥਾਂ ਦੇ ਆਧਾਰ 'ਤੇ ਨਹੀਂ ਹੈਗੀਆਂ। ਜਦ ਇਨਕੁਆਇਰੀ ਹੋਊ ਕੰਪਲੀਟ ਸਾਰਾ ਕੁਛ, ਇਹ ਤਾਂ ਪਹਿਲਾਂ ਓਪਰੇਸ਼ਨ ਕੰਪਲੀਟ ਹੋਵੇ, ਉਸ ਤੋਂ ਬਾਅਦ ਇਨਕੁਆਇਰੀ ਸਾਹਮਣੇ ਆਉਣਗੀਆਂ ਵੀ ਐਸ ਪੀ ਕਿਵੇਂ ਫੜਿਆ, ਕਿਵੇਂ ਕੀ ਰਿਪੋਰਟ ਸੀ ਪੁਲਿਸ ਕੋਲ, ਉਹਦੇ ਉੱਤੇ ਫਿਰ ਉਸ ਆਧਾਰ 'ਤੇ ਪੰਜਾਬ ਪੁਲਿਸ ਤਾਂ ਉਸ ਆਧਾਰ 'ਤੇ ਕਾਰਵਾਈ ਕਰੂਗੀ। ਦੇਖੋ ਜੀ ਉਹਨਾਂ ਨੇ ਕਿਹਾ ਉਹਨਾਂ ਕੋਲ ਹੋਮ ਮਹਿਕਮਾ ਕੋਈ ਯੋਜਨਾ ਹੋਣੀ ਹੈ ਤਾਂ ਹੀ ਉਹਨਾਂ ਨੇ ਗੱਲ ਕੀਤੀ ਹੈ। ਸਾਡੇ ਕੋਲ ਪੁਲਿਸ ਫੋਰਸ ਹੈਗੀ ਹੈ, ਉਹਨਾਂ ਨੂੰ ਟ੍ਰੇਨਿੰਗ ਦੀ ਦੇਣ ਦੀ ਲੋੜ ਹੁੰਦੀ ਹੈ, ਅਤੇ ਕਿਉਂਕਿ ਸਾਡੇ ਕੋਲ ਬਟੈਲੀਅਨ ਪੀ ਏ ਪੀ ਆਈ ਆਰ ਬੀ ਹੋਰ ਬਹੁਤ ਫੋਰਸ ਤਾਂ ਪੰਜਾਬ ਪੁਲਿਸ ਪੰਜਾਬ 'ਚ ਪਰ ਪਰਸਨ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਫੋਰਸ ਹੈ, ਚੰਡੀਗੜ੍ਹ ਦਿੱਲੀ ਛੱਡ ਦਿਓ। ਸੋ ਇਸ ਕਰਕੇ ਕੋਈ ਐਸੀ ਫੋਰਸ ਦੀ ਕੋਈ ਸ਼ੋਰਟੇਜ ਨਹੀਂ ਹੈ। ਬਿਊਰੋ ਰਿਪੋਰਟ 5 ਆਫ ਟੂਡੇ।